ਤੇ ਅਸੀਂ ਕਹਿੰਦੇ ਵੀ ਬਾਦਸ਼ਾਹ ਵਰਗਾ ਤਾਂ ਕੋਈ ਜੰਮਦਾ ਹੀ ਨਹੀਂ ਗਾ। ਬਾਦਸ਼ਾਹ ਵਰਗਾ ਤਾਂ ਬੰਦਾ ਹੀ ਨਹੀਂ ਸੀ 25 ਸਾਲ ਮੁੱਖ ਮੰਤਰੀ ਕਰਕੇ। ਲੰਬੀ ਦੇ ਵਿੱਚ ਮੁਲਾਕਾਤ ਹੁੰਦੀ ਰਹਿੰਦੀ ਹੋਣੀ ਹੈ ਕਿਉਂਕਿ ਅਕਸਰ ਪਿੰਡਾਂ ਦੇ ਵਿੱਚ ਹਲਕਿਆਂ ਦੇ ਵਿੱਚ ਆਪਣੇ ਖਾਸ ਕਰਕੇ ਲੰਬੀ ਦੇ ਵਿੱਚ ਤਾਂ ਬਾਦਲ ਸਾਹਿਬ ਤੁਰੇ ਰਹਿੰਦੇ ਸਨ। ਹਾਂਜੀ ਹਾਂ, ਸਾਡੇ ਨਾਲ ਤਾਂ ਬਹੁਤ ਹੀ ਪ੍ਰੇਮ ਸੀਗਾ ਜੀ। ਜਦੋਂ ਹੀ ਆਉਣਾ ਆਪਦੀਆਂ ਧੀਆਂ ਤੋਂ ਵੱਧ ਰੱਖਣਾ ਸਾਨੂੰ ਇਹਨਾਂ ਨੇ ਕਰੇ ਉਹ ਕੀਤਾ ਸੀ ਜੀ। ਬਹੁਤ ਜ਼ਿਆਦਾ ਪ੍ਰੇਮ ਸੀ ਸਾਡੇ ਨਾਲ ਤਾਂ। ਆਖਰੀ ਵਾਰ ਮੁਲਾਕਾਤ ਕਦੋਂ ਹੋਈ ਸੀ, ਕੀ ਗੱਲਬਾਤ ਹੋਈ ਸੀਗੀ, ਕੋਈ ਖਾਸ ਗੱਲ ਹੋਈ ਸੀਗੀ? ਵੋਟਾਂ ਤੋਂ ਬਾਅਦ ਹੋਈ ਸੀਗੀ, ਵੋਟਾਂ ਪਈਆਂ ਨਾ ਜੀ ਉਦੋਂ ਬਾਅਦ 'ਚ ਹੋਈ ਹੈ। ਵੋਟਾਂ ਤੋਂ ਬਾਅਦ ਹੋਈ, ਜਿਸ ਤਰ੍ਹਾਂ ਆਪਾਂ ਪਹਿਲਾਂ ਜ਼ਿਕਰ ਕਰ ਰਹੇ ਸੀ, ਤੁਸੀਂ ਐਨਕ ਦਾ ਜ਼ਿਕਰ ਕਰ ਰਹੇ ਸੀ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਐਨਕ ਦਾ ਜਿਹੜਾ ਕੰਮ ਕਰਾ ਕੇ ਦਿੱਤਾ ਸੀ, ਲਵਾ ਕੇ ਦਿੱਤੀ ਸੀਗੀ। ਐਨਕ ਵੀ ਲਵਾ ਕੇ ਦਿੱਤੀ, ਬਾਕੀ ਸਾਡੇ ਜਿਹੜਾ ਲੀਵਰ ਦਾ ਨੁਕਸ ਸੀ ਉਹ ਵੀ ਇਲਾਜ ਕਰਾਇਆ, ਹਾਰਟ ਦਾ ਕਰਾਇਆ, ਸਾਰੇ ਜਿੰਨੇ ਇਲਾਜ ਮੇਰੇ ਬਾਦਸ਼ਾਹ ਬਾਪੂ ਜੀ ਨੇ ਕਰਾਏ। ਅਸੀਂ ਬਾਪੂ ਜੀ ਦਾ ਬਹੁਤ ਪ੍ਰੇਮ ਕਰਦੇ ਸੀ ਅਤੇ ਬਾਪੂ ਜੀ ਨੇ ਵੀ ਸਾਡਾ ਬਹੁਤ ਵੱਡਾ ਇਲਾਜ ਕਰਾਇਆ, ਲੀਵਰ ਦਾ, ਹਾਰਟ ਦਾ, ਸਾਰੇ ਜਿੰਨੇ ਕਰਾਏ ਆ ਮੇਰੇ ਉਸੇ ਨੇ ਕਰਾਏ ਸੀ। ਮੈਂ ਉਹਦੇ ਸਿਰ 'ਤੇ ਹੀ ਸੀਗੀ, ਬਾਦ ਸਾਹਿਬ ਦੇ ਸਿਰ 'ਤੇ ਸੀ। ਕਹਿ ਸਕਦੇ ਅੱਜ ਇੱਕ ਬਾਪੂ ਦਾ ਅਜਿਹਾ ਹੱਥ ਸਿਰ ਤੋਂ ਉੱਠ ਚੁੱਕਿਆ? ਹਾਂ, ਬਾਪੂ ਤੋਂ ਸਿਰ ਤਾਂ ਹੱਥ ਉੱਠ ਚੁੱਕਿਆ। ਮੈਂ ਤਾਂ ਆਪਦਾ ਪਿਓ ਹੀ ਮਰ ਗਿਆ ਸਮਝ ਲਓ, ਵੀ ਅੱਜ ਸਾਡਾ ਕੁਛ ਵੀ ਨਹੀਂ ਰਹਿ ਗਿਆ ਬਾਪੂ ਤੋਂ ਬਿਨਾਂ। ਬਾਪੂ ਬਾਪੂ ਹੀ ਸੀਗਾ, ਹੋਰ ਮੈਂ ਕਿਸੇ ਨੂੰ ਨਹੀਂ ਸਮਝਦੀ, ਬਾਪੂ ਸਾਹਿਬ ਨੂੰ ਸਮਝਦੇ ਸੀ। ਬਾਪੂ ਵਰਗਾ ਤਾਂ ਕਿਤੇ ਧਰਤੀ 'ਤੇ ਹੀ ਨਹੀਂ ਜੰਮਦਾ ਜੀ। ਤਾਂ ਬਿਲਕੁਲ ਕ੍ਰਿਸ਼ਨ, ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਹਾਲਾਂਕਿ ਇਹ ਤਸਵੀਰਾਂ ਭਾਵੁਕ ਜ਼ਰੂਰ ਜਿਹੜੀਆਂ ਕਰ ਸਕਦੀਆਂ ਨੇ, ਪਰ ਜੋ ਕਹਿ ਸਕਦੇ ਹਾਂ ਹਲਕੇ ਦੇ ਨਾਲ, ਹਲਕੇ ਦੇ ਲੋਕਾਂ ਦੇ ਨਾਲ, ਪਿੰਡਾਂ ਦੇ ਲੋਕਾਂ ਦੇ ਨਾਲ, ਖਾਸ ਤੌਰ 'ਤੇ ਕਹਿ ਸਕਦੇ ਇੱਥੋਂ ਦੇ ਲੋਕਾਂ ਦੇ ਨਾਲ ਪਿਆਰ ਸੀਗਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ, ਇਹ ਪਿਆਰ ਤੁਸੀਂ ਦੇਖ ਸਕਦੇ ਹੋ ਕਿ ਬਾਪੂ ਦਾ ਹੱਥ ਸਿਰ ਤੋਂ ਚੱਕਿਆ ਗਿਆ। ਜਿਹੜੇ ਲੋਕ ਕਹਿ ਰਹੇ ਨੇ, ਮਾਤਾ ਆਏ ਨੇ, ਮਾਤਾ ਹੋਰਾਂ ਦਾ ਕਹਿਣਾ ਕਿ ਉਹਨਾਂ ਦੇ ਕਾਫੀ ਤਰ੍ਹਾਂ ਦੇ ਇਲਾਜ ਹੈ ਜੋ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਉਸ ਸਮੇਂ ਮੁੱਖ ਮੰਤਰੀ ਹੁੰਦੇ ਸਨ ਉਹਨਾਂ ਨੇ ਕਰਵਾਏ ਨੇ, ਅਤੇ ਇਹ ਹਰੇਕ ਦੀ ਖੁਸ਼ੀ ਗਮੀ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜਿਹੜੇ ਉੱਥੇ ਪਹੁੰਚਦੇ ਸਨ, ਪਿੰਡ ਦੇ ਵਿੱਚ ਪਹੁੰਚਦੇ ਸਨ, ਜਾਂ ਕਹਿ ਸਕਦੇ ਹਾਂ ਹਰੇਕ ਸਮੇਂ ਕਹਿ ਸਕਦੇ ਪਿੰਡ ਦੇ ਲੋਕਾਂ ਦੇ ਨਾਲ ਖੜ੍ਹੇ ਰਹਿੰਦੇ ਸਨ। ਅਤੇ ਅਸੀਂ ਬਾਦਲ ਪਿੰਡ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਖਾਸ ਤੌਰ 'ਤੇ ਕਹਿ ਸਕਦੇ ਹਾਂ ਕਿ ਜੋ ਚਹੇਤੇ ਨੇ, ਜੋ ਕਹਿ ਸਕਦੇ ਆ ਬਾਦਲ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ, ਜਾਂ ਕਹਿ ਸਕਦੇ ਇੱਥੋਂ ਦੇ ਚਹੇਤੇ ਨੇ ਜਿਨ੍ਹਾਂ ਦੇ ਨਾਲ ਅਕਸਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਗੱਲਬਾਤ ਹੁੰਦੀ ਸੀਗੀ, ਉਹ ਅੱਜ ਜਿਹੜੇ ਇੱਥੇ ਪਹੁੰਚ ਰਹੇ ਨੇ ਅਤੇ ਸ਼ਰਧਾਂਜਲੀ ਦੇਣ ਦੀ ਇੱਕ ਕਹਿ ਸਕਦੇ ਹਾਂ ਜੋ ਰਸਮ ਆ ਉਹ ਅਦਾ ਕਰਨਗੇ, ਕਿਉਂਕਿ ਤਕਰੀਬਨ 1 ਵਜੇ ਤਕਰੀਬਨ ਚੰਡੀਗੜ੍ਹ ਤੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜੋ ਪਾਰਥਿਕ ਸਰੀਰ ਆ ਉਹ ਬਾਦਲ ਜੋ ਪਿੰਡ ਆ ਉਹ ਇੱਥੇ ਲਿਆਂਦਾ ਜਾਵੇਗਾ, ਬਾਦਲ ਪਿੰਡ ਵਿਖੇ ਰੱਖਿਆ ਜਾਵੇਗਾ।